ਅੱਜ ਅਸੀਂ ਜਿਹੜੇ ਕੇਂਦਰ ਸਰਕਾਰ ਡੀਜ਼ਲ ਦੇ ਰੇਟ ਰੋਜ਼ ਵਧਾ ਦਿੰਦੀ ਹੈ, ਇਹਦੇ ਰੋਸ ਵਜੋਂ ਇਹ ਆਪਣਾ ਰੋਸ ਮਾਰਚ ਕੀਤਾ, ਕਿਉਂਕਿ ਅੱਜ ਕਿਸਾਨ ਦੇ ਕੋਲ ਕੋਈ ਸਮਰੱਥਾ ਨਹੀਂ, ਆਰਥਿਕ ਪੱਖੋਂ ਇੰਨਾ ਕਮਜ਼ੋਰ ਹੋ ਗਿਆ ਕਿ ਡੀਜ਼ਲ ਦਾ ਰੇਟ ਜਿਹੜਾ ਅੱਜ 63 ਰੁਪਏ ਤੋਂ ਵੀ ਉੱਤੇ ਪਾਰ ਕਰ ਗਿਆ। ਤਾਂ ਇਸੇ ਤਰ੍ਹਾਂ ਹੀ ਰੇਟ ਜੇ ਵੱਧਦੇ ਗਏ ਤਾਂ ਕਿਸਾਨ ਦੀ ਪਹੁੰਚ ਤੋਂ ਬਾਹਰ ਹੋ ਜਾਏਗਾ, ਅਤੇ ਅਸੀਂ ਟਰੈਕਟਰ ਨੂੰ ਖਿੱਚ ਕੇ, ਬਲਦਾਂ ਦਾ ਇੰਤਜ਼ਾਮ ਸੀ ਸਾਡਾ ਪਰ ਬਲਦ ਵੀ ਨਾ ਮਿਲਣ ਕਰਕੇ ਅਸੀਂ ਆਪਣੇ ਹੱਥਾਂ ਦੇ ਨਾਲ ਖਿੱਚ ਕੇ ਟਰੈਕਟਰ ਨੂੰ SDM ਸਾਹਿਬ ਦੇ ਦਫ਼ਤਰ ਲਿਆਏ ਹਾਂ, ਅਤੇ ਇਹ ਰੋਸ ਮਾਰਚ ਕੀਤਾ ਕਿ ਡੀਜ਼ਲ ਦੇ ਰੇਟ ਬੰਦ ਕੀਤੇ ਜਾਣ। ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਚੋਣਾਂ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਸਾਰੇ ਕਰਜ਼ੇ 'ਤੇ ਸੋਸਾਇਟੀਆਂ ਦਾ, ਕਮਰਸ਼ੀਅਲ ਬੈਂਕਾਂ ਦਾ, ਆੜ੍ਹਤੀਆਂ ਦਾ ਕਰਜ਼ਾ ਜਿੰਨਾ ਸਾਰਾ ਮਾਫ਼ ਕਰਾਂਗੇ। ਪਰ ਹੁਣ ਸਰਕਾਰ ਸੀਮਤ ਹੋ ਕੇ ਸਿਰਫ ਸੋਸਾਇਟੀ 'ਤੇ ਆ ਗਈ, ਉਹ ਵੀ 2.5 ਏਕੜ 'ਤੇ ਆ ਗਈ, ਉਹ ਕਿਸਾਨਾਂ ਵਿੱਚ ਭਾਰੀ ਰੋਸ ਹੈ। ਉਹਦੀ ਮੰਗ ਕਰਦੇ ਹਾਂ ਵੀ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਗੁਟਕਾ ਸਾਹਿਬ ਚੁੱਕ ਕੇ ਉਹਦੇ ਉੱਤੇ ਇਹ ਆਪਣਾ ਪੂਰਾ ਵਾਅਦਾ ਪੂਰਾ ਕਰਨ। ਅਤੇ ਅਵਾਰਾ ਪਸ਼ੂਆਂ ਦੀ ਇੰਨੀ ਜ਼ਿਆਦਾ ਦਿੱਕਤ ਹੋ ਗਈ ਹੈ ਕਿ ਕਿਸਾਨ ਸਵੇਰੇ ਖੇਤ 'ਚ ਕੰਮ ਕਰਦਾ ਅਤੇ ਰਾਤ ਨੂੰ ਸਾਰੀ ਰਾਤ ਪਹਿਰਾ ਦਿੰਦਾ, ਅਵਾਰਾ ਪਸ਼ੂ ਜਿਹੜੇ ਨੇ ਉਹਦੀ ਖੇਤੀ ਨੂੰ ਖਾ ਰਹੇ ਨੇ। ਸਰਕਾਰ ਨੂੰ ਅਵਾਰਾ ਪਸ਼ੂਆਂ ਨੂੰ ਸਾਂਭਣ ਦਾ ਪ੍ਰਬੰਧ ਕਰਨਾ ਚਾਹੀਦਾ। ਇਹ ਅਸੀਂ ਅੱਜ ਮੰਗ SDM ਸਾਹਿਬ ਨੂੰ ਦਿਆਂਗੇ ਕਿ ਸਰਕਾਰ ਕੋਲ ਸਾਡਾ ਪਹੁੰਚਾਇਆ ਜਾਵੇ। ਅਸੀਂ ਰੋਸ ਪ੍ਰਗਟ ਕੀਤਾ ਵੀ ਸਾਡੇ ਕਿਸਾਨਾਂ ਦੀ ਪਹਿਲਾਂ ਹੀ ਹਾਲਤ ਬਹੁਤ ਖਰਾਬ ਹੈ, ਅਤੇ ਇਹ ਤੇਲ ਦੇ ਇੰਨੇ ਰੇਟ ਹਾਈ ਫਾਈ ਕਰਕੇ ਕਿਸਾਨੀ ਦੀ ਹੋਰ ਵੱਧ ਤੋਂ ਬਦਤਰ ਹਾਲਤ ਕੀਤੀ ਜਾ ਰਹੀ ਹੈ। ਅਤੇ ਇੱਥੇ ਬਾਹਰੋਂ ਫੈਕਟਰੀਆਂ ਲਿਆ ਕੇ ਅਤੇ ਇਹਨਾਂ 'ਤੇ ਇਹਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਸਾਡੇ ਜਿਹੜਾ ਕਰਜ਼ਾ ਸ੍ਰੀ ਕੈਪਟਨ ਸਾਹਿਬ ਨੇ ਜਿਹੜਾ ਕੀਤਾ ਸੀ ਵੀ ਕਰਜ਼ਾ ਮਾਫ਼ ਕਰਾਂਗੇ ਗੁਟਕਾ ਸਾਹਿਬ ਹੱਥ 'ਚ ਫੜ ਕੇ, ਉਹ ਵੀ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਸਿੱਧੀ ਤਰੀਕੇ ਨਾਲ ਲੈਣ 'ਤੇ ਆ ਜਾਣ ਅਤੇ ਕਰਜ਼ਾ ਮਾਫ਼ ਕਰਨ ਇਹਨਾਂ ਦਾ, ਨਹੀਂ ਤਾਂ ਭਾਵੇਂ ਸਾਡੇ ਖੂਨ ਦਾ ਕਤਰਾ ਕਤਰਾ ਵਹਿ ਜੂਗਾ, ਮਗਰ ਅਸੀਂ ਕਿਸਾਨਾਂ ਲਈ ਜਾਨ ਤੱਕ ਦੇਣ ਨੂੰ ਤਿਆਰ ਹਾਂ। ਇਸ ਇਹਨਾਂ ਮੰਗਾਂ ਨੂੰ ਮਨਵਾ ਕੇ ਛੱਡਾਂਗੇ ਉਹਨਾਂ ਨੂੰ ਹਰ ਹਾਲਤ ਦੇ ਵਿੱਚ। ਜੀ ਟਰੈਕਟਰ ਨੂੰ ਅਸੀਂ ਰੱਸੇ ਨਾਲ ਖਿੱਚ ਕੇ ਉਹਨਾਂ ਨੂੰ ਰੋਸ ਪ੍ਰਗਟ ਕੀਤਾ ਵੀ ਇਹੀ ਕੰਡੀਸ਼ਨ ਕਰਨਾ ਚਾਹੁੰਦੇ ਨੇ, ਸਰਕਾਰ ਸਾਰੀ ਇਹੀ ਕੰਡੀਸ਼ਨ ਕਰਨਾ ਚਾਹੁੰਦੀ ਕਿਸਾਨ ਦੀ, ਇਹ ਅਸੀਂ ਵਿਖਾਉਣ ਦੀ ਕੋਸ਼ਿਸ਼ ਕੀਤੀ ਅੱਜ। ਅਤੇ ਇਹ ਸੋਚ ਲੈਣ ਵੀ ਕਿਸਾਨ ਨਹੀਂ ਤਾਂ ਪੂਰਾ ਹਿੰਦੁਸਤਾਨ ਹੀ ਨਹੀਂ ਹੈਗਾ, ਕਿਸਾਨ ਦੇ ਉੱਤੇ ਹੀ ਸਾਰਾ ਹਿੰਦੁਸਤਾਨ ਟਿਕਿਆ ਹੋਇਆ। ਇਸ ਗੱਲ ਨੂੰ ਆਪਣੇ ਦਿਮਾਗ ਦੇ ਵਿੱਚ ਬਿਠਾ ਲੈਣ ਕੈਪਟਨ ਸਾਹਿਬ, ਸਾਡੀ ਹੱਥ ਜੋੜ ਕੇ ਬੇਨਤੀ ਹੈ, ਨਹੀਂ ਤਾਂ ਸਾਰੀਆਂ ਮਹਿਲਾ ਵੀ ਸੜਕ ਦੇ ਉੱਤੇ ਆਉਣਗੀਆਂ ਔਰ ਵੱਧ ਤੋਂ ਵੱਧ ਰੋਸ ਪ੍ਰਗਟ ਕਰਨਗੀਆਂ ਔਰ ਜਿੱਥੋਂ ਤੱਕ ਹੋਏਗਾ ਮਨਾ ਕੇ ਛੱਡਣਗੀਆਂ ਸਰਕਾਰ ਨੂੰ। ਸਰਕਾਰ ਨਾਲ ਪੂਰੀ ਟੱਕਰ ਲੈਣ ਵਾਸਤੇ ਅਸੀਂ ਤਿਆਰ ਬੈਠੇ ਹਾਂ। ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਕਲਿੱਕ ਕਰੋ ਬੈਲ ਆਈਕਨ ਤੇ ਤਾਂ ਜੋ ਤੁਹਾਨੂੰ ਹਰ ਖਬਰ ਮਿਲੇ ਸਭ ਤੋਂ ਪਹਿਲਾਂ। ਇਸ ਦੇ ਨਾਲ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ www.khabarharpalindia.com ਤੇ। ਇਸ ਦੇ ਨਾਲ ਹੀ ਤੁਸੀਂ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰ ਸਕਦੇ ਹੋ, ਫੇਸਬੁੱਕ ਤੇ ਸਰਚ ਕਰੋ ਖਬਰ ਹਰਪਲ ਇੰਡੀਆ।